ਇਹ ਫੈਸਲਾ ਕੀਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਰੈਜੀਡੈਂਟ SCD ਵਿਲ ਫਾਈਟ, ਉਹ ਇਲੈਕਸ਼ਨ ਲੜੇਂਗੇ ਫਿਰੋਜ਼ਪੁਰ ਸੀਟ ਸੇ, ਔਰ ਬੀਬਾ ਹਰਸਿਮਰਤ ਕੌਰ ਉਹ ਇਲੈਕਸ਼ਨ ਲੜੇਂਗੇ ਬਠਿੰਡਾ ਸੀਟ ਸੇ। ਇਹ ਫੈਸਲਾ ਹੋ ਗਿਆ। ਕਿਹੜੇ ਕਿਹੜੇ ਮੁੱਦੇ ਰਹਿਣਗੇ ਪਾਰਟੀ ਦੇ, ਇਸ ਤਰ੍ਹਾਂ ਦੀ ਦੇਖੋ ਜੀ, ਮੁੱਦਾ ਜਿਹੜਾ ਹੈ, ਕਈ ਇਲੈਕਸ਼ਨ ਹੁੰਦੇ ਆ, ਸਟੇਟ ਦੇ ਇਲੈਕਸ਼ਨ ਹੁੰਦੇ ਆ, ਉਦੋਂ ਸਟੇਟ ਦੇ ਮੁੱਦੇ ਹੁੰਦੇ ਆ, ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਆ ਉਦੋਂ ਕੰਟਰੀ ਦੇ ਮੁੱਦੇ ਹੁੰਦੇ ਆ, ਅਤੇ ਵੱਡਾ ਮੁੱਦਾ ਇਸ ਵਿੱਚ ਇਹੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਨੂੰ ਬਣਾਉਣਾ ਚਾਹੀਦਾ, ਦੇਸ਼ ਦੇ ਹਿੱਤਾਂ ਵਾਸਤੇ ਕਿਹੜਾ ਇਨਸਾਨ ਹੈ ਜਿਹੜੀ ਦੇਸ਼ ਦੀ ਠੀਕ ਨੁਮਾਇੰਦਗੀ ਕਰ ਸਕਦਾ ਔਰ ਦੇਸ਼ ਨੂੰ ਅੱਗੇ ਲਿਜਾ ਸਕਦਾ। ਦੂਸਰਾ ਦੇਖੋ, ਜਿਹੜੀ ਪਾਰਟੀ ਸਾਡੇ ਖਿਲਾਫ ਇਲੈਕਸ਼ਨ ਲੜ ਰਹੀ ਹੈ, ਕਾਂਗਰਸ ਹੀ ਮੇਨ ਹੈ, ਉਹਦਾ ਜਿਹੜਾ ਲੀਡਰ ਹੈ ਉਹਨੂੰ ਕੋਈ ਤਜਰਬਾ ਨਹੀਂ। ਦੇਖੋ ਛੋਟੀ ਚੀਜ਼, ਕੋਈ ਚੀਜ਼ ਵੀ, ਈਵਨ ਤੁਸੀਂ ਵੀ ਆਹ ਕੰਮ ਕਰਦੇ ਹੋ, ਤੁਹਾਡਾ ਜੋ ਤਾਂ ਤਜਰਬਾ ਨਹੀਂ, ਤੁਹਾਨੂੰ ਕੰਪਨੀ ਨਹੀਂ ਰੱਖੇਗੀ। ਮੋਦੀ ਜੀ ਦਾ ਤਜਰਬਾ ਹੈ, 4 ਦਫ਼ਾ ਉਹ ਚੀਫ ਮਿਨਿਸਟਰ ਰਹੇ ਗੁਜਰਾਤ ਦੇ, ਮੈਨ ਆਫ ਮਾਸਿਸ ਹਨ, ਔਰ ਫਿਰ ਐਜ਼ ਪ੍ਰਾਈਮ ਮਿਨਿਸਟਰ ਉਹਨਾਂ ਨੇ ਜੋ ਕੁਛ ਕੀਤਾ, ਕਾਂਗਰਸ 40-50 ਸਾਲ ਦਾ ਰਾਜ ਜਿਹੜਾ ਉਹਨਾਂ ਦਾ ਰਿਹਾ ਉਹਦੇ 'ਚ ਕੁਛ ਨਹੀਂ ਕਰ ਸਕੀ। ਸਭ ਤੋਂ ਵੱਡਾ ਇਹ ਹੈ ਕਿ ਜਿਹੜਾ ਸਭ ਤੋਂ ਵੱਡਾ ਸਾਡਾ ਬੈਰੋਨੀ ਖਤਰਾ ਸੀ ਮਿਲੀਟੈਂਟਸ ਦਾ, ਉਹਨਾਂ ਨੂੰ ਦਬਾਉਣ ਵਾਸਤੇ ਜਾਂ ਖਤਮ ਕਰਨ ਵਾਸਤੇ ਜਿਹੜੀਆਂ 2 ਸਟ੍ਰਾਈਕਸ ਕੀਤੀਆਂ ਉਹ ਲਾਜਵਾਬ ਹਨ, ਕਿਉਂਕਿ ਉਹ ਇਕੱਲਾ ਇਹ ਨਹੀਂ ਕਿ ਉਹਦੇ 'ਚ ਕਾਮਯਾਬੀ ਹੋਈ, ਬਲਕਿ ਉਹਦੇ 'ਚ ਇਹ ਹੋਇਆ ਕਿ ਨਾ ਕਿਸੇ ਫੌਜੀ ਦਾ ਨੁਕਸਾਨ ਹੋਇਆ ਅਤੇ ਨਾ ਪਾਕਿਸਤਾਨ ਦੇ ਕਿਸੇ ਸਿਵਿਲੀਅਨ ਦਾ ਨੁਕਸਾਨ ਹੋਇਆ। ਔਰ ਜਿੱਥੇ ਇਹ ਇੰਨਾ ਕੁਛ ਕੀਤਾ ਉੱਥੇ ਸਾਡਾ ਅੱਜ ਦੇਸ਼ ਜਿਹੜਾ ਹੈ ਉਹ ਦੁਨੀਆ 'ਚ ਮਿੱਤਰਤਾ ਦੇ ਹਿਸਾਬ ਨਾਲ ਅੱਜ ਸਾਰੀ ਦੁਨੀਆ ਦੇ ਮੁਲਕ ਜਿਹੜੇ ਹੈ ਉਹ ਮੋਦੀ ਸਾਹਿਬ ਦੀ ਵਜ੍ਹਾ ਨਾਲ ਹਿੰਦੁਸਤਾਨ ਦੇ ਮਿੱਤਰ ਬਣ ਗਏ ਹਨ, ਔਰ ਪਾਕਿਸਤਾਨ ਨੂੰ ਆਈਸੋਲੇਟ ਕਰ ਸਕਦਾ ਹੈ, ਕਰ ਦਿੱਤਾ ਹੈ। ਔਰ ਇਸ ਤਰ੍ਹਾਂ ਜਿਹੜੀਆਂ ਸਕੀਮਾਂ ਉਹਨਾਂ ਨੇ ਚਲਾਈਆਂ ਕਿਸਾਨ ਵਾਸਤੇ, ਜਨਰਲ ਪਬਲਿਕ ਵਾਸਤੇ, ਉਹ ਬਹੁਤ ਲਾਜਵਾਬ ਹੈ। ਇਹ ਵੱਡਾ ਮੁੱਦਾ ਤਾਂ ਹੈ। ਬਾਕੀ ਜਿਹੜੀ ਕਾਂਗਰਸ ਹੈ, ਦੇਖੋ ਇੱਕ ਤਾਂ ਇਹ ਰਾਹੁਲ ਗਾਂਧੀ ਨੂੰ ਅਸੀਂ ਪ੍ਰਾਈਮ ਮਿਨਿਸਟਰ ਬਣਾਉਣਾ, ਉਹਦਾ ਤਾਂ ਇੱਕ ਦਿਨ ਦਾ ਤਜਰਬਾ ਵੀ ਨਹੀਂ ਐਡਮਿਨਿਸਟ੍ਰੇਸ਼ਨ ਦਾ, ਕਿਸੇ ਸਟੇਟ ਦਾ ਮਿਨਿਸਟਰ ਵੀ ਨਹੀਂ ਰਿਹਾ, ਚੀਫ ਮਿਨਿਸਟਰ ਦਾ ਕੀ ਰਹਿਣਾ, ਔਰ ਨਾ ਕੋਈ ਐਡਮਿਨਿਸਟ੍ਰੇਸ਼ਨ ਲਾਈਨ 'ਤੇ ਉਹਦਾ ਤਜਰਬਾ ਹੈ। ਇੱਕ ਜਿਹੜਾ ਤਜਰਬੇਕਾਰ ਲੀਡਰ ਨਹੀਂ, ਆਪਾਂ ਛੋਟੀ ਜਿਹੀ ਗੱਲ ਵੇਖ ਲਓ ਕਿ ਇੱਕ ਬੱਸ ਦਾ ਡਰਾਈਵਰ ਰੱਖਣਾ ਤਾਂ ਉਹਦੇ ਵਾਸਤੇ ਵੀ ਸ਼ਰਤਾਂ ਹਨ ਕਿ ਪਹਿਲਾਂ ਉਹ ਲਰਨਰ ਲਾਇਸੈਂਸ ਲਏਗਾ, ਫਿਰ ਲਾਈਟ ਲਾਇਸੈਂਸ ਲਏਗਾ, ਫਿਰ ਹੈਵੀ ਲਾਇਸੈਂਸ ਲਏਗਾ, ਫਿਰ ਉਹਦਾ ਟੈਸਟ ਹੋਏਗਾ, ਪਾਸ ਹੋਏਗਾ, ਫਿਰ ਉਹ ਡਰਾਈਵਰ ਬਣੇਗਾ। ਅਤੇ ਜੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਨਾ ਹੈ ਤਾਂ ਉਹਨੂੰ ਤਾਂ ਬਹੁਤ ਤਜਰਬੇਕਾਰ ਹੋਣਾ ਚਾਹੀਦਾ, ਔਰ ਇਸ ਦਾ ਯੋਗ ਹੈ। ਵੱਡਾ ਮੁੱਦਾ ਤਾਂ ਇਹ ਹੈ,
ਬਾਕੀ ਕਾਂਗਰਸ ਵਾਲੇ ਜਿਹੜੇ ਹੈ ਇਹਨਾਂ ਨੇ ਪੰਜਾਬ ਨਾਲ ਬੜੇ ਧੱਕੇ ਕੀਤੇ ਹੈ। ਇੱਕ ਤਾਂ ਹੁਣ ਇਹਨਾਂ ਨੇ ਵਾਅਦਾ ਕੀਤਾ ਅਮਰਿੰਦਰ ਸਿੰਘ ਨੇ ਕਿ ਮੈਂ ਹਰ ਘਰ ਦੇ ਬੰਦੇ ਨੂੰ ਨੌਕਰੀ ਦੇਊਂਗਾ, ਇੱਕ ਲੜਕੇ ਨੂੰ ਸਾਰਾ ਜਿੰਨਾ ਕਰਜ਼ਾ ਮਾਫ਼ ਕਰ ਦੇਣਗੇ। ਇਹਦੋਂ ਇਲਾਵਾ ਹੋਰ ਨਸ਼ਾ ਹਫ਼ਤੇ ਦੇ ਅੰਦਰ ਬੰਦ ਕਰ ਦੂੰਗਾ। ਇਹ ਲੋਕਾਂ ਨੂੰ ਵਰਗਲਾ ਕੇ ਸਰਕਾਰ ਬਣਾਈ ਹੈ, ਇਹ ਧੋਖਾ ਕੀਤਾ ਪੰਜਾਬ ਨੇ, ਸਟੇਟ ਗੌਰਮੈਂਟ ਨੇ ਔਰ ਸੈਂਟਰਲ ਗੌਰਮੈਂਟ ਨੇ ਵੀ। ਦੇਖੋ ਧਾਰਮਿਕ ਤੌਰ 'ਤੇ, ਸਿਆਸੀ ਤੌਰ 'ਤੇ, ਆਰਥਿਕ ਤੌਰ 'ਤੇ ਸਾਡਾ ਕਾਂਗਰਸ ਦੀ ਗੌਰਮੈਂਟ ਨੇ ਬੜਾ ਨੁਕਸਾਨ ਕੀਤਾ। ਹਰਿਮੰਦਰ ਸਾਹਿਬ ਵਰਗੇ ਪਵਿੱਤਰ ਸਥਾਨਾਂ 'ਤੇ ਹਮਲਾ ਹੋਇਆ, 84 ਦੇ ਕਤਲਾਮ ਹੋਇਆ, ਹੋਰ ਇਸ ਤਰ੍ਹਾਂ ਸਾਡਾ ਪਾਣੀ ਖੋਇਆ, ਰਾਜਧਾਨੀ ਖੋਈ, ਲੰਬੀ ਦੁੱਖ ਭਰੀ ਕਹਾਣੀ ਹੈ। ਹੁਣ ਪ੍ਰੈਸ 'ਚ ਤਾਂ ਐਡੀ ਛੇਤੀ ਸਾਰਾ ਨਹੀਂ ਕਹੀ। ਔਰ ਮੋਦੀ ਸਾਹਿਬ ਨੇ ਸਾਨੂੰ ਇੰਨੇ ਸਾਲਾਂ ਬਾਅਦ ਇਨਸਾਫ ਦਵਾਇਆ, ਉਹ ਕਾਤਲ ਜਿਹੜੇ ਆ ਉਹਨਾਂ ਨੂੰ ਸਜ਼ਾ ਦਿੱਤੀ ਹੈ, ਅਤੇ ਇਹਨਾਂ ਨੇ ਹੁਣ ਉਹਦੇ ਭਰਾ ਨੂੰ ਮੈਂਬਰ ਟਿਕਟ ਦੇ ਦਿੱਤੀ। ਮਤਲਬ ਸਾਡੇ ਜ਼ਖਮਾਂ 'ਤੇ ਨਿਮਕ ਛਿੜਕਣ ਵਾਲੀ ਗੱਲ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ, ਇਹ ਬਹੁਤ ਵੱਡੀ ਗੱਲ ਹੋਈ ਹੈ, ਬਹੁਤ ਵੱਡੀ ਗੱਲ ਹੋਈ ਹੈ ਜਿਹੜੀ ਆ ਕਿ ਆਪਾਂ ਰੋਜ਼ ਦੀ ਮੰਗ ਕਰਦੇ ਹਾਂ। ਇਸ ਲਈ ਅਖੀਰ ਵਿੱਚ ਮੈਂ ਫਿਰ ਕਹਾਂਗਾ ਕਿ ਇਹ ਜਿਹੜਾ ਦੋ ਕੈਂਡੀਡੇਟ ਅਸੀਂ ਫੈਸਲਾ ਕਰਕੇ ਅਨਾਊਂਸ ਕਰ ਦੇਖੋ। ਇਹ ਇੱਕ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਸੇ ਪਾਰਟੀ ਦਾ ਇਹ ਏਜੰਡਾ ਹੁੰਦਾ ਕਿ ਅਸੀਂ ਫਲਾਣੇ ਨੂੰ ਹਟਾਉਣਾ। ਏਜੰਡਾ ਹੁੰਦਾ ਇਕਨੋਮਿਕ ਏਜੰਡਾ, ਦੇਸ਼ ਦੇ ਭਲੇ ਦਾ ਏਜੰਡਾ। ਇਹ ਕੀ ਏਜੰਡਾ ਵੀ ਅਸੀਂ ਮੋਦੀ ਨੂੰ ਹਟਾਉਣਾ, ਇਹ ਕੋਈ ਏਜੰਡਾ ਨਹੀਂ ਹੁੰਦਾ। ਏਜੰਡਾ ਤਾਂ ਹੋਰ ਹੁੰਦਾ ਜਿਹੜਾ ਕਿ ਅਸੀਂ ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ। ਦੇਖੋ ਕਿਸੇ ਦੀ ਲਕੀਰ ਨੂੰ ਮਿਟਾਉਣਾ ਹੋਵੇ ਤਾਂ ਉਹ ਮਿਟਾਈ ਨਹੀਂ ਜਾ ਸਕਦੀ, ਵੱਡੀ ਲਕੀਰ ਖਿੱਚ ਦਿਓ। ਜੇ ਕੋਈ ਚੰਗਾ ਪ੍ਰੋਗਰਾਮ ਦੇਣਗੇ, ਹੁਣ ਤੱਕ ਤਾਂ ਦਿੱਤਾ ਨਹੀਂ, ਫਿਰ ਹੀ ਲੋਕ ਕੋਈ ਦੇਖਣਗੇ। ਆਮ ਆਦਮੀ ਪਾਰਟੀ ਨੂੰ ਜੀ ਹਰ ਵਕਤ ਜਿਹੜਾ ਇਹ ਕਿਹਾ ਜਾਂਦਾ ਕਿ ਕਾਂਗਰਸ ਦੀ ਵੀ ਟੀਮ ਹੈ ਤੁਹਾਡੇ ਵੱਲੋਂ, ਤੇ ਕੀ ਮੰਨਦੇ ਆ ਜੀ ਕਾਂਗਰਸ ਨਾਲ ਉਹ ਗਠਬੰਧਨ ਕਰ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਆਪਸ 'ਚ ਖੇਡਦੇ ਨੇ? ਦੇਖੋ ਜੇ ਇੱਕ ਥਾਂ ਦੋਸਤੀ ਕਰਨ ਦੀ ਕੋਸ਼ਿਸ਼ ਕਰਦੇ ਹੈ, ਪਹਿਲਾਂ ਇਹਨਾਂ ਨੇ ਤਿੰਨ ਥਾਂ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ, ਦਿੱਲੀ, ਪੰਜਾਬ ਅਤੇ ਹਰਿਆਣਾ, ਅਤੇ ਉਹ ਰਿਜੈਕਟ ਹੋ ਗਈ ਵੀ ਨਹੀਂ ਹੋਣੀ। ਫਿਰ ਦਿੱਲੀ ਕੋਸ਼ਿਸ਼ ਕੀਤੀ, ਇਹਦਾ ਮਤਲਬ ਹੈ ਕਿ ਉਹ ਰਲੇ ਹੀ ਨਾ ਅਤੇ ਆਪਦੇ ਨਫਾ ਨੁਕਸਾਨ ਵੇਦੇ ਹੈ ਉਹ ਅਸੂਲੋਂ ਨੂੰ ਇਕੱਠੇ ਹੀ। ਚਲੋ ਕੋਈ ਨਹੀਂ, ਜੋ ਜੋ ਇਲੈਕਸ਼ਨ ਹੁੰਦਾ, ਜੋ ਪਾਰਟੀਆਂ ਕਰਦੀਆਂ, ਉਹ ਉਹਨਾਂ ਦਾ ਆਪਣਾ ਆਪਣਾ ਹਿਸਾਬ। ਮੈਂ ਉਹਨਾਂ ਦਾ ਕੁਛ ਨਹੀਂ ਕਹਿੰਦਾ ਜੀ। ਦੇਖੋ ਪਾਰਟੀ ਇੱਕ ਮਾਂ ਹੁੰਦੀ ਹੈ, ਮਾਂ ਨਾਲ ਜਿਵੇਂ ਧੋਖਾ ਨਹੀਂ ਕਰਨਾ ਚਾਹੀਦਾ, ਉਵੇਂ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਮੇਰਾ ਤਾਂ ਪੱਕਾ ਅਸੂਲ ਹੈ ਔਰ ਮੈਂ 5 ਵਾਰੀ ਜਿਹੜਾ ਚੀਫ ਮਿਨਿਸਟਰ ਬਣਿਆ ਉਹ ਇਸੇ ਕਰਕੇ ਪਾਰਟੀ ਦੇ ਪੱਕੇ ਅਸੂਲ ਤੇ ਖੜੋ। ਮੈਂ ਤਾਂ ਇਹੀ ਕਿਹਾ ਚੋਣ ਕਮਿਸ਼ਨ ਨੇ ਜੋ ਸਿੱਧੂ ਨੂੰ 72 ਘੰਟਿਆਂ ਦੇ ਪ੍ਰਚਾਰ ਖੰਡ ਤੇ ਰੋਕ ਲਾ ਦਿੱਤੀ ਗਈ ਹੈ ਜੀ। ਚੋਣ ਕਮਿਸ਼ਨ ਨੇ ਨਵਜੋਤ ਸਿੰਘ ਨੂੰ 72 ਘੰਟਿਆਂ ਦੇ ਰੋਕ ਲਾ ਦਿੱਤੀ ਹੈ ਪ੍ਰਚਾਰ ਕਰਨ ਤੇ ਵੀ ਨੋਟਿਸ ਜਾਰੀ। ਦੇਖੋ ਜਿਹੜੇ ਇਲੈਕਸ਼ਨ ਕਮਿਸ਼ਨ ਹੈ ਉਹ ਇੰਡੀਪੈਂਡੈਂਟ ਬਾਡੀ ਹੈ, ਇਹਦਾ ਮਤਲਬ ਉਹ ਗਲਤ ਕੰਮ ਕਰ ਰਹੇ, ਇੱਕ ਕਿਸਮ ਦੀ ਉਹਨੂੰ ਸਜ਼ਾ ਦਿੱਤੀ ਗਈ ਹੈ।
ਤੇ ਸਜ਼ਾ ਦਿੱਤੀ ਹੈ ਉਹ ਬੰਦੇ ਨੂੰ, ਉਹਨੂੰ ਆਪ ਸਮਝਣਾ ਚਾਹੀਦਾ। ਮਨਪ੍ਰੀਤ ਨੂੰ ਲੜਾਉਣ, ਰਾਜਾ ਬੜਿੰਗ ਨੂੰ ਲਾਉਣ, ਤੀਜੇ ਨੂੰ ਲਾਉਣ, ਚੌਥੇ ਨੂੰ ਲਾਉਣ, ਇਹ ਕਾਂਗਰਸ ਦੀ ਮਰਜ਼ੀ ਹੈ, ਇਹ ਸਾਡਾ ਇਹਦੇ ਚ ਕੀ ਦਖਲ ਹੋ ਸਕਦਾ। ਕਿਸਾਨ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਨੇ, ਮੰਡੀਆਂ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ, ਕੋਈ ਖਰੀਦ ਨਹੀਂ ਹੋ ਰਹੀ, ਕੋਈ ਲਿਫਟਿੰਗ ਨਹੀਂ ਹੋ ਰਹੀ ਹੈਗੀ, ਨਵੀਂ ਦੀ ਮਾਤਰਾ ਲੋਕਾਂ ਦਾ ਹੋ, ਇੱਕ ਤਾਂ ਲੋਕਾਂ ਦਾ ਨੁਕਸਾਨ ਅੱਗੇ ਹੋ ਗਿਆ, ਜਿਹੜਾ ਪੰਜ ਕੁਇੰਟਲ ਝਾੜ ਕਣਕਾਂ ਡਿੱਗ ਪਈਆਂ, ਕਿਤੇ ਗੜੇ ਪੈ ਗਏ, ਕਿਤੇ ਹਵਾਵਾਂ ਚੱਲ ਪਈਆਂ, ਇਹਦਾ ਨੁਕਸਾਨ ਹੋ ਗਿਆ। ਅਤੇ ਹੁਣ ਸਮਾਂ ਫੈਸਿਲੀਟੇਟ ਕਰਨਾ ਚਾਹੀਦਾ ਸਰਕਾਰ ਨੂੰ, ਉਹਨਾਂ ਨੂੰ, ਅਤੇ ਉਹਨਾਂ ਗਰੀਬਾਂ ਦਾ ਨੁਕਸਾਨ ਹੋਰ ਕਿਉਂ ਕਰਦੇ ਆ। ਜੇ ਕੋਈ ਗਿੱਲੀ ਹੈ ਤਾਂ ਉਹਦੀ ਲੈ ਲੈਣ, ਸੁਕਾਵ ਲੈਣ, ਇਹਦੀ ਤਾਂ ਰਿਲੀਫ ਦੇ ਸਕਦੇ ਹਨ, ਦੇਣੀ ਚਾਹੀਦੀ। ਚਾਹੀਦਾ ਤਾਂ ਇਹ ਹੈ ਕਿ ਜਿਹੜਾ ਨੁਕਸਾਨ ਹੈ ਉਹ ਭਰਨ, ਅਤੇ ਕੀ ਹੈ ਕਿ ਜਿਹੜੀ ਗਿੱਲੀ ਕਣਕ ਹੈ ਉਹਨੂੰ ਕਿਸਾਨ ਨੂੰ ਪੈਸੇ ਦੇ ਦੇਣ, ਅਤੇ ਉਹਨੂੰ ਆਪ ਸੁਕਾ ਲੈਣ। ਮੈਨੂੰ ਨਹੀਂ ਪਤਾ, ਦੇਖੋ ਮੈਂ ਕਿਸੇ ਦੀ ਇੰਟਰਨਲ ਪੋਲੀਟਿਕਸ ਚ ਨਹੀਂ ਪੈਣਾ ਚਾਹੁੰਦਾ, ਬਸ ਮੇਰਾ ਅੱਜ ਇਹੀ ਸੀ। ਕਾਕਾ ਮੁੱਦੇ ਤਾਂ ਦੇਖੋ, ਮੁੱਦੇ ਮੋਦੀ ਨੂੰ ਬਣਾਉਣਾ ਚਾਹੁੰਦੇ ਹਾਂ, ਦੂਸਰਾ ਇਹ ਹੈ ਕਿ ਪੰਜਾਬ ਦੀ ਤਰੱਕੀ ਕਰਨੀ ਚਾਹੁੰਦੀ ਹਾਂ। ਪੰਜਾਬ 'ਚ ਜੇ ਮੇਰੇ ਜਦੋਂ ਸਰਕਾਰ ਸੈਂਟਰ 'ਚ ਮੋਦੀ ਦੀ ਬਣਨੀ ਹੈ ਤਾਂ ਕੋਈ ਸ਼ੱਕ ਨਹੀਂ, ਅਤੇ ਜੇ ਪੰਜਾਬ ਉਹਦਾ ਹਿੱਸੇਦਾਰ ਹੋਏਗਾ ਤਾਂ ਉਹ ਬਹੁਤ ਕੁਛ ਅਸੀਂ ਉੱਥੋਂ ਪ੍ਰਾਪਤੀ ਕਰ ਸਕਾਂਗੇ ਆਪਣੇ ਸੂਬੇ 'ਚ।